ਕਮਾਦੇ ਬੜੀ ਇਹ ਗੰਨਾ ਨਹੀਂ ਪਸੰਦ ਆਉਂਦਾ, ਅੱਜ ਗੰਨੇ ਆਪਣੀ ਮਰਜ਼ੀ ਦੇ ਭੰਨਣੇ ਦੇ, ਕੀ ਭਲਾ ਰੇਟ ਇੱਕ ਗੰਨੇ ਆਪਣੀ ਮਰਜ਼ੀ ਦੇ। ਫਰਾਜ਼ ਸਾਹਿਬ ਕੋਈ ਪੌਣੇ ਪੰਜ ਪੰਜ ਸਾਢੇ ਚਾਰ, ਕੋਈ 4 ਲੱਖ ਰੁਪਈਆ ਮੁੱਲ ਨਹੀਂ, ਕੋਈ 3.5 ਲੱਖ ਵੀ ਮੁੱਲ ਨਹੀਂ ਇਹਨਾਂ ਦਾ, 3.5 ਵੀ ਨਹੀਂ, 3.5 ਲੱਖ ਵੀ ਮੁੱਲ ਨਹੀਂ, ਤੇ ਮਰਜ਼ੀ ਆਪਣੀ ਆਪਣੀ ਨੀ ਚੁਣਨੀ ਹੈ ਵੈੜੀ। ਅੱਛਾ ਇਹਦਾ ਮਤਲਬ ਦੱਸਣ ਲੱਗਾ ਵਾ, 3 ਲੱਖ ਤੇ 45 ਹਜ਼ਾਰ ਤੂੰ ਜਿਹਦਾ ਦਿਲ ਘੜੇ ਜਿਹੜੀ ਦਿਲ ਘੜੇ ਤਿੰਨਾਂ ਚ ਵੈੜੀ ਲੈ ਜਾਈ, 3 ਲੱਖ 45 ਹਜ਼ਾਰ ਰੁਪਏ ਤੂੰ ਫਰਾਜ਼ ਸਾਹਿਬ ਸੀ ਵੈੜ 3 45, ਹਾਂਜੀ 3 ਲੱਖ 45 ਹਜ਼ਾਰ ਤੂੰ ਜਿਹੜੀ ਦਿਲ ਕਰੇ ਉਹ ਚੁੱਕੋ ਫਰਾਜ਼ ਸਾਹਿਬ ਜ਼ਿੰਦਾਬਾਦ। ਆਈ ਸਾਹਿਬ ਇਹਦਾ ਮਤਲਬ ਫਰਾਜ਼ ਸਾਹਿਬ ਉਸ ਮਾਪਾ ਨੂੰ 95 ਹਜ਼ਾਰ ਰੁਪਇਆ, ਸਿਰਫ 95, ਸਿਰਫ 90 ਹਜ਼ਾਰ ਰੁਪਇਆ ਫਰਾਜ਼ ਸਾਹਿਬ, ਕਿਆ ਬਾਤ ਜ਼ਿੰਦਾਬਾਦ, ਸਿਰਫ 90 ਹਜ਼ਾਰ। ਜਾਂਦੀ ਵਾਰ ਦੀਆਂ ਭਾਰਾਂ ਦਾ ਹਿੱਸਾ ਬਾਹਰ ਜਾ ਰਹੇ ਨੇ ਸੋਦੀਆ, ਅੱਲਾ ਦੀ ਦਾਤ ਉੱਤੇ ਵੇ ਐਸ ਚੈਨਲ ਲਈ ਐਸ ਵੀਡੀਓ ਦੇ ਸ਼ੌਕ ਵਾਸਤੇ 3 ਵਾਰੀ ਵੀਜ਼ਾ ਜਿਹੜਾ ਨਾ ਇੰਜ ਹੋ ਗਿਆ ਕਿ 12-14 ਸਾਲ ਰਹਿ ਗਿਆ, 3 ਵਾਰੀ ਵੀਜ਼ਾ ਇੰਜ ਹੋ ਗਿਆ। ਲਵ ਯੂ ਭਰਾਵਾਂ ਨੂੰ, ਦਿਲ ਦੀਆਂ ਗਹਿਰਾਈਆਂ ਨਾ ਪਰਦੇਸੀਆਂ ਨੂੰ। ਸਲਾਮ ਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਜੀ ਜੁਮਾਤੁਲ ਮੁਬਾਰਕ ਦਾ, ਅਤੇ ਇਸ ਟਾਈਮ ਫਹਿਰੇ ਸਿਆਲਕੋਟ, ਸਿਆਲਕੋਟ ਦੀ ਸ਼ਾਨ ਨਾਮੂਰ ਜ਼ਿੰਦਾ ਦਿਲ ਤੇ ਬ੍ਰੈਂਡ ਵਪਾਰੀ ਹਾਜੀ ਅਬਾਸ ਸਾਹਿਬ ਦੇ ਡੇਰੇ ਤੇ ਮੌਜੂਦ ਆ, ਅਤੇ ਮਾਸ਼ਾਅੱਲਾ ਜੀ ਹਾਜੀ ਸਾਹਿਬ ਹਮੇਸ਼ਾ ਦੀ ਤਰ੍ਹਾਂ ਮਿਹਨਤ ਕਰਕੇ ਦੋਸਤਾਂ ਵਾਸਤੇ 4 ਖੂਬਸੂਰਤ ਅਸਲੀ ਤੇ ਨਸਲੀ ਮੁਨਾਸਬ ਕੀਮਤ ਵਾਲੀਆਂ ਗਾਵਾਂ, ਇਸ ਤੋਂ ਇਲਾਵਾ ਇੱਕ ਖਾਂਗੜ ਝੋਟੀ, ਇੱਕ ਖੂਬਸੂਰਤ ਵੱਛੀ ਤੇ ਇੱਕ ਵੱਛਾ ਵੀ ਲੈ ਕੇ ਆਏ ਨੇ, ਕਮ ਅਜ਼ ਕਮ ਕੀਮਤ ਹੈ ਜੀ 20 ਹਜ਼ਾਰ। ਤੇ ਮਾਸ਼ਾਅੱਲਾ ਜੀ ਅੱਜ ਦੀ ਇਸ ਵੀਡੀਓ 'ਚ 13-14 ਕਿਲੋ ਦੁੱਧ ਵਾਲੇ ਜਾਨਵਰ ਵੀ ਮੌਜੂਦ ਨੇ, ਸਾਰੇ ਜਾਨਵਰਾਂ ਦੀ ਤਸੱਲੀ ਕਰਵਾਉਂਦੇ ਹਾਂ ਅਤੇ ਉਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨਾ ਹਾਜੀ ਸਾਹਿਬ ਆਓ ਜੀ ਸਾਹਮਣੇ, ਇੱਥੇ ਆਉਣਾ ਜ਼ਰਾ ਮਿਹਰਬਾਨੀ ਕਰਨੀ ਹੈ ਜੀ। ਅਸਲਾਮੁ ਅਲੈਕੁਮ। ਜੀ ਆਈ ਸਾਹਿਬ ਅੱਲਾ ਪਾਕ ਦਾ ਬੜਾ ਸ਼ੁਕਰ ਹੈ, ਜ਼ਿਆਦਾ ਬੜਾ ਕਰਮ ਹੈ, ਮਾਸ਼ਾਅੱਲਾ ਜੀ ਸ਼ੌਕ ਅੱਛਾ ਕਰਵਾਉਂਦੇ ਹੋ, ਕੁਆਲਿਟੀ ਮਿਆਰ ਤੇ ਕੰਪਰੋਮਾਈਜ਼ ਨਹੀਂ ਕਰਦੇ, ਮਾਲ ਅੱਜ ਵੀ ਅਸਲੀ ਤੇ ਨਸਲੀ ਹੈ ਦੋਸਤ, ਆਲਰੇਡੀ ਜਨਾਬ ਦੇ ਨਾਮ ਤੋਂ ਜਨਾਬ ਦੇ ਕੰਮ ਤੋਂ ਬਾਹੂਬੀ ਵਾਕਫ ਨੇ, ਵੀਡੀਓ ਵੀ ਕਾਫੀ ਜ਼ਿਆਦਾ ਦੋਸਤ ਵੇਖਦੇ ਨੇ, ਦੋਸਤਾਂ ਨੂੰ ਫਿਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ ਭਾਈ। ਸਭ ਤੋਂ ਪਹਿਲਾਂ ਜਿੰਨੇ ਭਰਾ ਵੀਡੀਓ ਵੇਖਦੇ ਨੇ ਲਾਈਕ ਕਰਦੇ ਨੇ, ਸ਼ੇਅਰ ਕਰਦੇ ਨੇ, ਕਮੈਂਟ ਕਰਦੇ ਨੇ, ਉਹਨਾਂ ਨੂੰ ਸਲਾਮ ਹੈ ਜਨਾਬ ਸਾਡੇ, ਠੀਕ ਹੈ, ਕਿਸੇ ਨਾਲ ਕੋਈ ਗਲਤੀ ਕਤਾਈ ਹੋਏ ਉਹਦੀ ਮਾਜ਼ਰਤ ਕਰਦੇ ਹਾਂ। ਪਿੰਡ ਫਰਾਜ਼ ਭਾਈ ਲੱਦੜ ਦੇ ਨਾਲ, ਨਵਾਂ ਪਿੰਡ ਘੌੜਿਆਂ, ਪਿਰੋਚੱਕ ਤੋਂ 1.5 ਕਿਲੋਮੀਟਰ, 1.25 ਕਿਲੋਮੀਟਰ ਬਣਦਾ, ਡੇਢ ਵਰੀਓ ਸਟਾਪ ਤੋਂ ਬਣਦਾ, ਪਸਰੂਰ ਰੋਡ ਤੋਂ ਵਰੀਓ ਸਟਾਪ ਤੋਂ ਤਕਰੀਬਨ ਬਣਦਾ 3-3.5 ਕਿਲੋਮੀਟਰ, ਠੀਕ ਹੈ, ਅਤੇ ਘੋਏ ਦੀ ਸਟਾਪ ਨਹੀਂ ਸਿਟੀ ਹਾਊਸਿੰਗ ਸਿੰਘ ਵਾਲਾ, ਉੱਥੋਂ ਵੀ ਤਕਰੀਬਨ 3.5 ਕਿਲੋਮੀਟਰ ਬਣਦਾ, ਠੀਕ ਹੈ। ਖੜਾ ਕੀ ਅੱਜ ਫਰਾਜ਼ ਭਾਈ? ਖੜਾਕ ਨਹੀਂ ਅੱਜ, ਕੋਈ ਕੰਮ ਹੋਰ ਅਨੋਖਾ ਹੀ ਹੋਣਾ ਅੱਜ, ਅਨੋਖਾ ਹੈ, ਦੱਸਿਆ ਤੁਹਾਨੂੰ ਵੀ ਨਹੀਂ ਤੇ ਨਾ ਦੱਸਣਾ, ਵੀਡੀਓ ਚੱਲਾ ਰਹੇ ਹੋ ਕੰਮ ਨਾ ਦੱਸਾਂ ਤੇ ਜੀਬ ਅਨੋਖਾ ਕੰਮ ਹੋ ਰਿਹਾ ਇਨਸ਼ਾਅੱਲਾ। ਉਂਜ ਹਵਾ ਹੁੰਦੀ ਅੱਜ ਅਨੋਖੇ ਕੰਮ ਦੀ, ਕੋਈ ਲੱਗਦਾ ਪਿਆ ਅੱਜ ਅਨੋਖਾ ਹੋਣਾ ਵੇ ਇਨਸ਼ਾਅੱਲਾ, ਫਜ਼ਲੇ ਖੁਦਾ ਇਨਸ਼ਾਅੱਲਾ। ਫਰਾਜ਼ ਭਾਈ ਕਈ ਭਲਵਾਨ ਆਏ ਵੀਡੀਓ ਚ ਨਸਾਉਂਦੇ, ਕਈ ਕੁਝ ਜਾਂਦੇ ਰਹੇ, ਗੱਲ ਭਲਾ ਕੀ ਹੈ, ਫੇਕ ਗੱਲਾਂ ਦਾ ਫਾਇਦਾ ਕੋਈ ਨਹੀਂ, ਪਹਿਲਾਂ ਬੰਦਾ ਆਪਣੇ ਆਪ 'ਚ ਝਾਤੀ ਮਾਰੇ ਤੇ ਫਿਰ ਫਰਾਜ਼ ਭਾਈ ਅਗਲੇ ਨੂੰ ਗੱਲ ਬੰਦਾ ਲਾਏ, ਤੇ ਬਿਸਮਿਲਾ ਕਰ ਗਿਆ ਸ਼ੌਕ ਰਹੋ ਅੱਜ ਵੀਰ ਭਰਾ ਨਸਲ ਲਈ ਤੇ ਮਾਲ ਲਈ ਪਹਿਚਾਣ ਕਰਨ, ਲਾਈਕ ਸ਼ੇਅਰ ਕਮੈਂਟ ਕਰਕੇ ਜਨਾਬ ਆਪਣੀ ਰਾਏ ਦਾ ਦੁਹਾਰ ਦੱਸਣ,
ਕਮੈਂਟ ਕਰਕੇ ਠੀਕ ਹੈ। ਇਹ ਜਿਹੜੇ ਭਰਾ ਮੁਹੱਬਤਾਂ ਕਰਦੇ ਨੇ ਉਹਨਾਂ ਨੂੰ ਜਨਾਬ ਸਲਾਮ ਹੈ ਅਤੇ ਸ਼ੌਕ ਕਰਾਓ ਅਤੇ ਅੱਜ ਹੈਰਾਨ ਗੁਣ ਪੈਕੇਜ ਹੋਏਗਾ ਇਨਸ਼ਾਅੱਲਾ। ਇਨਸ਼ਾਅੱਲਾ ਫਜ਼ਲੇ ਖੁਦਾ ਅੱਜ ਹੈਰਾਨ ਗੁਣ ਪੈਕੇਜ ਹੋਏਗਾ। ਖਾਲੀ ਐਂਜ ਨਹੀਂ ਕਰਾਂਗੇ, ਖਾਂਗੜ ਗਾਂ ਵੀ ਹੈ, ਖਾਂਗੜ ਝੋਟੀ ਵੀ ਆਵੇ, ਕਿੱਥੋਂ ਸ਼ੁਰੂ ਕਰਨਾ ਜੀ ਸਾਹਿਬ? ਮੁੰਡਿਆਂ ਨੂੰ ਦੱਸੋ ਜੀ, ਜਿੱਥੋਂ ਦਿਲ ਕਰਦਾ ਉੱਥੋਂ ਸ਼ੁਰੂ ਕਰ ਲੋ, ਪਹਿਲਾਂ ਤਾਜ਼ੀਆਂ ਗਾਈਆਂ ਵਾ ਲੋ। ਚਲੋ ਜੀ ਲਿਆਓ ਜੀ ਖਾਂਗੜ ਵੀ ਫਿਰ ਚੈੱਕ ਕਰਵਾਉਂਦੇ ਹਾਂ। ਆ ਤੁਸੀਂ ਦਾਨਾ ਭਾਈ ਸ਼ੁਰੂ ਕਰੋ, ਬਿਸਮਿਲ੍ਲਾ ਕਰੋ। ਮਾਸ਼ਾਅੱਲਾ ਜੀ, ਰੇਟ ਦੱਸਣਾ ਫਰਾਜ਼ ਭਾਈ ਧਿਰ ਨਾਲ ਹੀ, ਠੀਕ ਹੈ? ਸਿਰਫ ਧਿਰ ਨਾਲ ਹੀ ਰੇਟ ਦੱਸਣਾ ਮਾਲ। ਪਹਿਲਵਾਨ ਪਹਿਲਨ ਭਾਈ ਇੱਥੇ ਖਿਲਾ ਰਹੇ ਹੋ, ਪਿੱਛੇ ਹੋਏਗਾ ਫਰਾਜ਼ ਭਾਈ, ਬੋਲ ਬੋਲਾ ਬੱਚਾ। ਮਾਸ਼ਾਅੱਲਾ ਜੀ, ਜਾ ਕੀ ਪਿੱਛੇ ਤੇ ਫਰਾਜ਼ ਭਾਈ? ਬੱਚੀ ਅੱਲਾ ਦੀ ਬੱਚੀ, ਮਾਸ਼ਾਅੱਲਾ ਜੀ, ਰਹਿਮਤ ਫਰਾਜ਼ ਭਾਈ, ਅੱਲਾ ਦੀ ਰਹਿਮਤ। ਕੀ ਬਾਤ, ਨਾੜੂਈ ਦੋਸਤਾਂ ਬੱਚੀ ਦਾ ਵੇਖਣਾ ਭਾਈ, ਬੱਚੀ ਜ਼ਰਾ ਸਿੱਧੀ ਕਰੇ ਫਰਾਜ਼ ਭਾਈ, ਰੈਂਟ ਫਰੀ ਦੀਆਂ 14 ਸਾਲ ਦੀ ਬੱਚੀ ਹੈ ਪਿੱਛੇ। ਮਾਸ਼ਾਅੱਲਾ ਜੀ, ਬੱਚੀ ਦਾ ਚਿਹਰਾ ਦੋਸਤਾਂ ਵੇਖਣਾ, ਠੀਕ ਹੈ? ਥਾਨਵਾ ਨਾੜੂਈ ਦਾ ਕਰ ਤੇ ਜ਼ਰਾ ਕੋ ਵੈੜੀ ਦਾ ਲੱਛਣ ਵਹਾੜ ਨੇ, ਵੈੜੀ ਕੀ ਸ਼ਹਿਰ? ਆਪੀ ਵੀ ਪਹਿਲਨ ਬੱਚੀ, ਪਿੱਛੇ ਵੀ ਬੱਚੀ, ਸੁਬਾਹ ਪਹਿਲਾਂ ਸੋਈ ਹੈ, ਦੋ ਜਿਹੜੀਆਂ ਚਵਾਈਆਂ ਹੋਈਆਂ ਨੇ, ਹਾਈਟ ਚੰਗੀ ਹੈ, ਥਣ ਦੋਸਤਾਂ ਵੇਖਣੇ ਨੇ। ਮਾਸ਼ਾਅੱਲਾ ਜੀ, ਪਹਿਲਾਂ ਹੋ ਗਿਆ ਭਾਈ ਲੰਮੀ ਟੋਰਿਆ ਸਾਹਿਬ, ਵਾਜ਼ਿਆ ਕਰਿਓ ਪਹਿਲੀ ਤੇ ਦੂਸਰੀ ਚਵਾਈ ਚ ਕਿੰਨੀ ਬੋਲੀ ਕੱਢੀ ਹੈ ਜੀ? ਭਾਈ ਅਲਹਮਦੁਲਿਲਾ, ਪਹਿਲੀ ਚਵਾਈ ਚ ਕੱਢੀ ਹੈ ਤਕਰੀਬਨ 6-7 ਕਿਲੋ। ਅੱਛਾ, ਤੇ ਦੂਜੀ ਕੱਢੀ ਹੈ 5 ਕਿਲੋ। ਭਾਈ ਪਰਦਾ ਆ ਗਿਆ, ਆ ਕੇ 5 ਕਿਲੋ ਬੋਲੀ ਕੱਢੀ। ਪਹਿਲੀ ਚ 6 ਕਿਲੋ, ਹਾਂਜੀ, ਦੂਸਰੀ ਚ 5 ਕਿਲੋ, 5-4.5 ਕਿਲੋ ਚਵਾਈ। ਇੱਥੇ ਤਾਂ ਨਾ ਭਾਈ ਲੰਮੀ ਕਰੋ ਜ਼ਰਾ, ਤੀਜੀ ਹੁਣ ਆਪ ਹੀ ਭਰ ਲਿਆ, ਥੋੜਾ ਈਜ਼ੀ ਹੋ ਕੇ ਵੀਡੀਓ ਬਣਵਾਇਆ ਕਰੋ, ਅਫਰਾ ਤਫਰੀ ਨਾ ਭਾਈ ਮਚਾਇਆ ਕਰੋ, ਮਿਹਰਬਾਨੀ ਤੁਹਾਡੀ। ਨਸਲ ਕੀ ਹੈ ਸਾਬ ਦੀ? ਜਰਸੀ ਤੇ ਡੱਚ ਦਾ ਕਰਾਸ ਹੈ। ਪਹਿਲਨ ਹੋ ਕੇ ਥਣ ਦੋਸਤਾਂ ਵੇਖਣੇ ਨੇ, ਸੋਹਣੇ ਮੁੱਠੀ ਥਣ ਲੱਗੇ ਨੇ, ਦੋ ਚਵਾਈਆਂ ਦੇ ਸਾਹਿਬ ਨੇ ਵਜ਼ਾਹਤ ਕੀਤੀ ਹੈ, ਤੀਸਰੀ ਚਵਾਈ ਹੁਣ ਹੋਣੀ ਹੈ। ਨੰਬਰ 1 ਤੇ ਚੈੱਕ ਕਰਵਾਉਂਦੇ ਆਪੇ, ਐ ਵੀ ਚੋਕੀ ਹੈ ਭਾਈ ਜਿਹੜਾ ਸਾਹਮਣੇ ਕਰੇ ਹੋ, ਤੇ ਐ ਵੀ ਮੋਨੀ ਹੈ। ਮਾਸ਼ਾਅੱਲਾ ਜੀ, ਭਾਈ ਗਰਮੀ ਕਰੇ ਤੇ ਵੈੜੀ ਸਾਡੀ, ਠੀਕ ਹੈ? ਹਲਕੀ ਜਿਹੀ ਭਾਈ ਟੋਰ ਕੇ ਲਿਆਉਣੀ, ਮਾਸ਼ਾਅੱਲਾ ਜੀ, ਰਾਤ ਗਰਮੀ ਬੰਦਿਆਂ, ਠੀਕ ਹੈ? ਚਾਰ ਦੰਦ ਪਹਿਲਨ, ਡੱਚ ਤੇ ਜਰਸੀ ਕਰਾਸ, ਪਿੱਛੇ ਬੱਚੀ, ਰੈਡ ਫ੍ਰੀਜ਼ੀਅਨ ਕਰਾਸ ਲਬਾਸ ਦੋਸਤਾਂ ਫਿਰ ਵੇਖਣਾ। ਲਿਆਓ ਜੀ ਦਾਨਾ ਭਾਈ, ਜੀ ਆਈ ਸਾਹਿਬ, ਨੋਖਾ ਥਾਨ ਇਹਨੂੰ ਆਂਦੇ ਜੇ ਨੋਖਾ ਥਾਨ ਲੱਗਾ। ਮਾਸ਼ਾਅੱਲਾ ਜੀ, ਲਿਆਓ ਭਾਈ ਜਾਨ, ਸੋਨੇ ਮਾਲਕ ਨੇ ਲਾਇਆ, ਲਾਓ ਜੀ ਸਾਹਿਬ ਰੇਟ ਦਾ ਜੀ, ਵੈਰ ਨੰਬਰ 1 ਦਾ ਸੋਨਾ ਜੀ ਫਰਾ ਸਾਹਿਬ, ਵੈੜੀਆਂ ਦੇ ਪੈਕੇਜ, ਇਹ ਵੈੜੀਆਂ ਤਿੰਨੇ ਚੈੱਕ ਕਰਾਓ, ਜ਼ਰਾ ਤੁਹਾਨੂੰ ਦੱਸਣਾ ਰੇਟ ਕੀ ਹੈ ਫਰਾ ਸਾਹਿਬ। ਐਂਡ ਤੇ ਮੈਂ ਐਂਡ ਤੇ ਫਰਾ ਸਾਹਿਬ ਤੁਹਾਡਾ ਹੈਰਾਨ ਗੁੰਨਾ ਅੱਜ ਰੇਟ ਹੋਣੇ ਨੇ। ਨਹੀਂ ਕੱਲੀ ਕੱਲੀ ਦਾ ਨਹੀਂ ਲਾਣਾ ਫਰਾ ਸਾਹਿਬ, ਕੱਲੀ ਕੱਲੀ ਦਾ ਰੇਟ ਦੱਸਣਾ, ਲਾ ਨੰਬਰ 1 ਦਾ, ਨੰਬਰ 2 ਦਾ, 3 ਦਾ, ਕੱਲੀ ਕੱਲੀ ਦਾ ਦੱਸਾਂ ਨਾ, ਵੈੜੀਆਂ ਦਿਖਾਓ ਮੈਂ ਕਰੀ, ਠੀਕ ਹੈ? ਅੱਗੇ ਭਾਈ ਲਿਆਓ ਜੀ ਨੰਬਰ 2 ਵਾਲੀ। ਮਾਸ਼ਾਅੱਲਾ ਜੀ, ਨੰਬਰ 1 ਦੇ ਚੱਕ ਕਰਵਾਈ ਰੇਟ ਦਾ ਰੱਖਣ ਵੀਡੀਓ ਤੇ ਅੱਜ ਬਾਜੀ ਦੇ ਜ਼ਰਾ ਕੋ ਮਿਹਰਬਾਨੀ ਹੈ, ਜਿਹੜਾ ਅੱਜ ਕੰਮ ਅਨੋਖਾ, ਅੱਜ ਫਿਰ ਕੰਮ ਅਨੋਖਾ ਹੈ, ਮੰਜੀ ਪੀੜੀ ਫਿੜਨ ਵਾਲਾ ਫਰਾ ਸਾਹਿਬ, ਠੀਕ ਹੈ? ਅੱਲਾ ਦੇ ਹੁਕਮ ਨਾਲ ਬਾਈ ਕਰਿਓ ਉੱਥੇ ਜ਼ਰਾ ਸਿੱਧੀ। ਮਾਸ਼ਾਅੱਲਾ ਜੀ, ਅੱਗੇ ਆ ਗਈ ਹੈ ਨੰਬਰ 2 ਤੇ, ਫੇਰ ਬ੍ਰਾਂਡ ਚੀਜ਼ ਹੈ, ਇੱਕ ਨਾਮ ਇਹਦਾ ਟਾਈਮ ਨੂੰ ਮਾਲ ਨੂੰ ਟਾਈਮ ਲੱਗਾ, ਅੱਜ ਜੋ ਹੈ ਇਹ 11-10-11 ਘੰਟਿਆਂ 'ਚ ਮਾਲ ਹੈ, ਲੈਟ ਰਾਤ ਦੀ ਪਾਉਂਦੇ ਨੇੜੀ ਨਾਲ ਫਰਾ ਸਾਹਿਬ, ਨਾ ਮਾਲ ਨੂੰ ਪੱਠੇ ਪਾਏ ਨੇ ਤੇ ਨਾ ਹੀ ਪਾਉਣ, ਉਹ ਹੀ ਪੁਰਾਣੇ ਪੁਰਾਣੇ ਹਲਕੇ ਜੇ ਕੱਠੇ ਕੁੱਠੇ ਪੇ ਘਰ ਕੇ ਚੋਖਣ ਲਾਣ ਡੇ ਆ, ਮਾਲ ਫੁੱਲ ਭੁੱਖਾ ਤੇ ਬਿਸਮਿਲ੍ਲਾ ਕਰਕੇ ਸ਼ੌਕ, ਠੀਕ ਹੈ? ਬਾਈ ਖਿਲਾ ਰਹੇ ਉੱਥੇ ਫਰਾ ਸਾਹਿਬ, ਰਾਤੀ ਸੂਈ ਜੇ ਸੁਬਾਹ ਕਿਨਵਾ ਪਹਿਲਵਾਨ, ਪਹਿਲਨ ਇਹਨੂੰ ਆਂਦੇ ਜੇ ਪਹਿਲਵਾਨ ਕਾਦਾਵਰ। ਮਾਸ਼ਾਅੱਲਾ ਜੀ, ਚੀਜ਼ ਸਾਰੀਆਂ ਪਹਿਲਨ ਵੈੜਾਂ ਦੀ, ਇੰਨੀ ਹਾਈਟ ਨਹੀਂ ਹੁੰਦੀ,
ਇਹ ਵਜਾਈ ਸਾਹਿਬ ਦੀ ਮਿਹਨਤ ਹੈ ਵੀ ਅਸਲੀ ਤੇ ਨਸਲੀ ਜਾਨਵਰ ਰਾਤ ਦੀ ਸੂਈ ਹੈ ਜਾ ਕੀ ਬਾਈ ਪਿੱਛੇ ਦੇ ਰਾਤ ਸਾਹਿਬ ਇਹਨੇ ਵਰਛਾ ਦਿੱਤਾ ਹੈ ਬਾਈ ਸਾਹਿਬ ਨੇ ਕਰਿਓ ਇਹ ਪਿੱਛੇ ਦੇ ਬੱਚਾ ਮਾਸ਼ਾਅੱਲਾ ਜੀ ਵਰਛਾ ਵੀ ਦੋਸਤਾਂ ਵੇਖਣਾ ਵਾ ਸਭ ਚੁਆਈ ਕੀ ਕੀਤੀ ਹੈ ਫਿਰ ਸਾਹਿਬ ਇੱਕ ਚੁਆਈ ਕੀਤੀ ਹੈ ਤੇ ਸੌਰਾ ਜਿਹੜੇ ਵੇ ਸੀ ਸਾਹਿਬ ਮਾਸ਼ਾਅੱਲਾ ਕਿੰਨਾ ਸ਼ਰਾਫਤਾਂ ਰਹਿਣ ਦੇ ਉਹ ਖੀਰ ਸ਼ਰਾਫਤਾਂ ਹੁੰਦੀਆਂ ਤੋ ਵੈੜੀ ਕਿਸੇ ਦੇ ਘਰ ਜਾ ਗਲਤ ਨਿਕਲੇ ਕੋਈ ਲੱਤ ਪੈਰ ਲਾਏ ਵੈੜੀ ਫ੍ਰੀ ਦੇ ਦੇ ਆਣਾ ਠੀਕ ਹੈ ਪਹਿਲੀ ਚੁਆਈ ਕਿੰਨੀ ਬੋਲੀ ਗੱਡੀ ਹੈ ਰਾਜ ਸਾਹਿਬ ਅਲਹਮਦੁਲਿਲਾ ਸਾਡੇ ਕੋ 5 ਕਿਲੋ 6 ਬਾਈ ਲਾ ਪਹਿਲੀ ਚੁਆਈ ਤੇ ਤਕਰੀਬਨ ਕੋਈ 5.5 ਤੋਂ 6 ਕਿਲੋ ਬੋਲੀ ਗੱਡੀ ਹੈ ਹਾਈਟ ਚੰਗੀ ਹੈ ਕਾਦਾਵਰੇ ਕਿੰਨੇ ਦੰਦ ਹੈ ਸਾਹਿਬ ਰਾਜ ਸਾਹਿਬ ਇਹ ਵੀ 24 ਮੂੰਹ 4 ਦੰਦ ਮਾਸ਼ਾਅੱਲਾ ਜੀ ਪਹਿਲਵਾਨ ਪਹਿਲਨ ਜੀ ਨਸਲ ਕੀ ਹੈ ਸਾਹਿਬ ਦੀ ਰਾਜ ਸਾਹਿਬ ਇਹ ਡੱਚ ਚੋਲਾਸਤਾਨੀ ਹੈ ਡੱਚ ਤੇ ਚੋਲਾਸਤਾਨੀ ਦਾਨਾ ਭਾਈ ਲਿਆਓ ਜ਼ਰਾ ਚਾਸਨੀਆਂ ਦੀ ਵੀ ਲੰਮੀ ਡੋਰੋ ਹਜ਼ਾਰ ਅੱਧਰ ਨੂੰ ਬਾਈ ਜੀ ਆ ਕੇ ਕਿਹੜੋ ਜਵਾਨ ਹੋ ਰਾਜ ਸਾਹਿਬ ਬੋਲਣ ਬੋਲੀ ਵੈੜੀ ਪਈ ਹੈ ਕੋਈ ਟਾਈਮ ਸ਼ਾਮ ਮਾਸ਼ਾਅੱਲਾ ਜੀ ਕਾਫੀ ਪਿੱਛੇ ਹੋਇਆ ਤਾਂ ਕਿ ਕੈਮਰੇ 'ਚ ਮੁਕੰਮਲ ਨਜ਼ਰ ਆਏ ਡੱਚ ਦੇ ਬੱਚੇ ਨੇ ਰਾਜ ਸਾਹਿਬ ਕਿਲੇ ਬੱਜੇ ਹੁੰਦੇ ਕੋ ਜ਼ਰੂਰ ਭਰਾ ਪੁੱਛੇ ਨਾ ਤੇ ਕੋ ਜ਼ਰੂਰ ਦਾ ਸਿਰ ਅੱਜ ਬਾਤ ਕਰੂ ਆਈਆਂ ਬਿਲਕੁਲ ਜੀ ਲਿਆਓ ਜੀ ਭਾਈ ਪਰਤਾ ਕੇ ਡੱਚ ਤੇ ਚੋਲਸਤਾਨੀ ਕ੍ਰਾਸ ਹੈ ਵੀ ਮੋਨੀ ਹਾਈਟ ਬੜੀ ਆਪਾਂ ਆ ਗਿਆ ਜੀ ਵੀਡੀਓ ਦੇਣੀ ਹੈ ਫਰਾਜ਼ ਸਾਹਿਬ ਤੇ ਇਨਸ਼ਾਅੱਲਾ ਘੰਟਿਆਂ ਜਮਾਲ ਵੇਚਣਾ ਇਨਸ਼ਾਅੱਲਾ ਜੀ ਫਜ਼ਲੇ ਖੁਦਾ ਗਰਮੀ ਵੀ ਨਹੀਂ ਕਰੇ ਜੀ ਮਾਸ਼ਾਅੱਲਾ ਜੀ ਦੁੱਧ ਵੀ ਫੈਟ 15 ਵੀਡੀਓ ਦਿੱਤੀਆਂ ਨੇ ਜੁਮੇ ਨਹੀਂ ਦੇਣ ਦੇ ਆ ਫਰਾਜ਼ ਸਾਹਿਬ ਠੀਕ ਹੈ ਜੀ ਜੀ ਆਈ ਸਾਹਿਬ ਦਾ ਵੀ ਰੇਟ ਹੁਣ ਬਾਅਦ ਚੋਂ ਹੀ ਇਹਦਾ ਵੀ ਫਰਾਜ਼ ਸਾਹਿਬ ਰੇਟ ਬਾਅਦ ਚੋਂ ਤੇ ਅਗਲੀ ਵੀਡੀਓ ਦੇ ਵਿੱਚ ਟਾਈਮ ਹੀ ਫਿਕਸ ਕਰਾਂ ਨਾ ਕਿਹੜੀ ਵਾਰ ਤੇ ਵੀਡੀਓ ਦੇਣੀ ਕਰਨੀ ਕੋਸ਼ਿਸ਼ ਕਰਾਂ ਨਾ ਹਫਤੇ 'ਚ ਦੋ ਠੀਕ ਹੈ ਤੇ ਜਾਂ ਇੱਕ ਵੀਡੀਓ ਪੱਕਾ ਫਿਕਸ ਦੇਣ ਵੀ ਕਰਾਂ ਨਾ ਇਨਸ਼ਾਅੱਲਾ ਜੀ ਬਿਹਤਰ ਹੋ ਗਿਆ ਦਾਨਾ ਭਾਈ ਲਿਆਓ ਇਹ ਭਰਾ ਪਿਛਲੀ ਤੋਂ ਪਿਛਲੀ ਵੀਡੀਓ ਚੈੱਕ ਪੇ ਕਰ ਦੇਣੇ ਇਨਸ਼ਾਅੱਲਾ ਗੁਣਾ ਪੱਕਾ ਫਿਕਸ ਠੀਕ ਹੈ ਅੱਗੇ ਆ ਗਈ ਮਾਸ਼ਾਅੱਲਾ ਜੀ ਫੇਰ ਬ੍ਰਾਂਡ ਭਾਈ ਖਿਲਾ ਰਹੇ ਹੋ ਜੀ ਜਿਹੜਾ ਜਿੰਜੋ ਕਹਿੰਦੇ ਨੇ ਕਿ ਗਟੋਈ ਲਾਲ ਜਾਨਵਰ ਸਾਰੇ ਨਸਲੀ ਖੂਬਸੂਰਤੀ ਵੇਖਣੀ ਭਾਈ ਖਿਲਾ ਰਹੇ ਹੋ ਜੀ ਟੈਗ ਲੱਗਾ ਹੋਵੇ ਫਾਰਮ ਦੀ ਹੈ ਜੀ ਨਹੀਂ ਫਰਾਜ਼ ਸਾਹਿਬ ਫਾਰਮ ਹੀ ਹੈ ਲੇਕਿਨ ਹੈ ਵੈੜੀ ਕਰਾਵਾ ਸੇ ਇਥੋਂ ਦੀ ਸਾਡੀ ਫਰੀ ਠੀਕ ਹੈ ਟੋਲੇ ਭਾਈ ਜਾਨ ਫਾਰਮ ਜੁਏ ਲੇਕਿਨ ਵੈੜੀ ਕਰਾਵਾ ਸੁਵਾ ਕਿਨ ਵਾਜੀ ਦਾ ਹੈ ਫਰਾਜ਼ ਸਾਹਿਬ ਪਹਿਲਾਂ 4 ਦੰਦ ਮੂੰਹ ਤੇ ਯਸੂਈ ਨਹੀਂ ਹਲੇ ਗੱਬਾ ਨੇ ਗੱਬਾ ਨੇ ਮਾਸ਼ਾਅੱਲਾ ਜੀ ਮੈਦਾਨ ਹੁਣ ਵੀ ਸੋਹਣਾ ਲਾ ਗਈ ਹੈ ਰੱਜ ਕੇ ਫਰਾਜ਼ ਸਾਹਿਬ ਸਾਊ ਹੈ ਵੀ ਚੱਕ ਕਰੋ ਮਾਸ਼ਾਅੱਲਾ ਬਸ ਐਵੇਂ ਮੈਂ ਨਜ਼ਰ ਆ ਗੁਣਾ ਟਾਈਮ ਰਹਿਣ ਦਿਓ ਟਾਈਮ ਬੱਚੇ ਵੀਡੀਓ ਛੋਟੀ 12 ਮਿੰਟਾਂ ਦੀ ਬਣਵਾਣੀ 9 ਮਿੰਟ ਹੋ ਗਏ ਨੇ 3 ਮਿੰਟ ਰਹਿ ਗਏ ਲਿਆਓ ਭਾਈ ਲੰਮੀ ਟੋਰ ਕੇ ਮਾਸ਼ਾਅੱਲਾ ਜੀ ਸੁਬਾ ਪਹਿਲਾ ਸੁਣਾਵੇ ਐ ਵੀ ਸਾਊ ਬੱਚਾ ਬੁਲਬੁਲ ਦਾ ਬੱਚਾ ਖੂਬਸੂਰਤ ਤੇ ਸ਼ੋ ਪੀਸ ਹੀ ਮਾਸ਼ਾਅੱਲਾ ਜੀ ਨਫਾਸਤ ਕਾਫੀ ਦਿਨ ਤਕਰੀਬਨ ਕੋਈ 3-4 ਦਿਨ ਦੀ ਬਈ ਭਾਈ ਸਾਹਿਬ ਕਿੰਨੇ ਦੰਦੇ ਜੀ ਆ ਭਾਈ ਖਲਾ ਰਹੇ ਦੋਂਦੀ ਤੋਂ ਚੋਗੀ ਹੁੰਦੀ ਹੈ ਬਈ ਕੁਆਲਿਟੀ ਵੇਖ ਲੈਣੀ ਹੈ ਹੁਸਨ ਚੈੱਕ ਕਰਨਾ ਤੇ ਦੋਂਦੀ ਤੂੰ ਚੋਗੀ ਹੁੰਦੀ ਬਈ ਭਾਈ ਲਾਸੀ ਦੀ ਕਰੋ ਪਿੱਛੇ ਕਰੋ ਜ਼ਰਾ ਮਾਸ਼ਾਅੱਲਾ ਜੀ ਨਾਲ ਉਨੀ ਆਪੀ ਨਹੀਂ ਜਿੱਡੇ ਮੈਦਾਨ ਬਣ ਛੜੇ ਦਿੱਤੇ ਫਰਾਜ਼ ਸਾਹਿਬ ਰੋਲੇ ਆ ਘੱਟ ਪਾਣੇ ਨੇ ਜੀ ਜੀ ਤੇ ਪੈਕੇਜ ਬਹੁਤੇ ਲਾਣੇ ਨੇ ਇਨਸ਼ਾਅੱਲਾ ਸਿਰਫ ਮਿਆਰ ਤੇ ਮਾਲ ਵੇਖਣਾ ਅੱਲਾ ਦੇ ਹੁਕਮ ਨਾਲ ਨਸਲ ਕੀ ਹੈ ਸਾਹਿਬ ਜੀ ਫਰਾਜ਼ ਸਾਹਿਬ ਹੋਰੇ ਐਚ ਐਫ ਦੇ ਹੋਰੇ ਕੀ ਆਂਦੇ ਨੇ ਮੈਂ ਤੈਨੂੰ ਪੜ ਬੰਦਾ ਮੈਨੂੰ ਤੇ ਇੰਗਲਿਸ਼ ਹੀ ਨਹੀਂ ਆਉਂਦੀ ਅੱਛਾ ਤੇ ਐਫ ਦੇ ਹੋਰੇ ਵਿੱਚ ਲਗਾ ਜਾ ਚੋਲਸਤਾਨੀ ਠੀਕ ਹੈ ਗਰਮੀ ਨਹੀਂ ਮੇਰੀ ਹਾਲ ਸਟੇਨ ਫਰੀਜ਼ੀਅਨ ਤੇ ਧਾਰੇ ਚ ਬੱਜੀਏ ਕੋਈ ਵਾ ਕਰਾਸ ਵੀ ਨਹੀਂ ਆ ਠੀਕ ਹੈ ਤੇ ਚੋਲਸਤਾਨੀ ਕਰਾਸ ਭਾਈ ਲਿਆਓ ਜੀ ਖਾਂਗੜ ਤੁਸੀਂ ਨੰਬਰ 3 ਤੇ ਚੈੱਕ ਕਰਵਾਈਏ ਚੌਥੀ ਗਾਂ ਚੈੱਕ ਕਰੋ ਆ ਕੇ ਤੇ ਗਾਵਾਂ ਦੇ ਰੇਟ ਲੈਣੇ ਆਏ ਸਾਹਿਬ ਕੋਲ ਕਹਿ ਰਹੇ ਨਾ ਜੀ ਰੈਡੀ ਕਰੋ ਖਾਂਗੜੀ ਉੱਥੇ ਖਿਲਾੜੋ ਜਰਾ ਮੈਂ ਇਹਨਾਂ ਦੇ ਰੇਟ ਦੇ ਦੇਣਾ ਆ ਤਿੰਨਾਂ ਦੇ ਆਓ ਸਾਹਮਣੇ ਜਰਾ ਦੂਜੇ ਰੇਟ ਸਾਹਮਣੇ ਆਓ ਜਰਾ ਹਾਂਜੀ ਭਰਾ ਸਾਹਿਬ ਜੀ ਆਏ ਸਾਹਿਬ ਭਰਾ ਸਾਹਿਬ ਕਮਾਦੇ ਬੜੀ ਇਹ ਗੰਨਾ ਨਹੀਂ ਪਸੰਦ ਆਉਂਦਾ ਅੱਜ ਗੰਨੇ ਆਪਣੀ ਮਰਜ਼ੀ ਦੇ ਬਣਨੇ ਦੇ ਕੀ ਭਲਾ ਰੇਟ ਇੱਕ ਗੰਨੇ ਆਪਣੀ ਮਰਜ਼ੀ ਦੇ ਫਰਾਜ਼ ਸਾਹਿਬ ਕੋਈ ਪੌਣੇ 5-5.5 ਕੋਈ 4 ਲੱਖ ਰੁਪਇਆ ਮੁੱਲ ਨਹੀਂ ਕੋਈ 3.5 ਲੱਖ ਵੀ ਮੁੱਲ ਨਹੀਂ ਇਹਨਾਂ ਦਾ 3.5 ਵੀ ਨਹੀਂ 3.5 ਲੱਖ ਵੀ ਮੁੱਲ ਨਹੀਂ ਤੇ ਮਰਜ਼ੀ ਆਪਣੀ ਆਪਣੀ ਨਹੀਂ ਚੁਣਨੀ ਹੈ ਵੈੜੀ ਅੱਛਾ ਇਹਦਾ ਮਤਲਬ ਦੱਸਣ ਲੱਗਾ ਵਾ 3 ਲੱਖ ਤੇ 45,000 ਤੂੰ ਜਿਹੜਾ ਦਿਲ ਕਰੇ ਜਿਹੜੀ ਦਿਲ ਕਰੇ ਤਿੰਨਾਂ ਚ ਵੈੜੀ ਲੈ 3,45,000 ਰੁਪਏ ਤੂੰ ਫਰਾਜ਼ ਸਾਹਿਬ ਸੀ ਵੈੜ 3,45 ਹਾਂਜੀ
3,45,000 ਤੂੰ ਜਿਹੜੀ ਦਿਲ ਕਰੇ ਉਹ ਚੁੱਕੋ। ਫਰਾਜ਼ ਸਾਹਿਬ ਜ਼ਿੰਦਾਬਾਦ। ਆਈ ਸਾਹਿਬ ਇਹਦਾ ਮਤਲਬ ਫਰਾਜ਼ ਸਾਹਿਬ ਗੱਲ ਸੁਣੋ, ਜਾਨਵਰ ਹੈ ਕੋਲ ਹੀ ਜੇ ਅੱਲਾ ਦੀ ਜ਼ਾਤ ਉੱਤੇ ਬੜੀ ਵਾਲੀ ਆਖਿਆ, ਲੇਕਿਨ ਕਸਮ ਚੁੱਕਣ ਦੇ ਮਜਬੂਰ ਨਾ ਕਰਿਆ ਕਰੋ, ਮੁਸਲਮਾਨ ਮੇਰੇ ਕੋਲ ਜਾਨਵਰ ਨੇ ਤੇ ਵੀਡੀਓ ਚ ਸੇਲ ਕਰਾਂ। ਇਹ ਜਿਹੜਾ ਦੋਸਤ ਵੀਡੀਓ ਅੱਜ ਵੇਖ ਲੈ ਕੱਲ ਵੇਖ ਲੈ, ਜਾਨਵਰ ਕੋਲ ਹੋਏ ਤੇ ਲੈ ਕੇ ਜਾ ਸਕਦਾ ਨਾ। ਜਿਹੜਾ ਟੋਕਾ ਲਾਉਣਾ ਉਹਦਾ ਮਾਲ ਹੈ। ਠੀਕ ਹੈ, ਜ਼ਿੰਦਾਬਾਦ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਸਾਢੇ ਚਾਰ ਚਾਰ ਪੰਜ ਪੰਜ ਲੱਖ ਵਾਲੇ ਜਾਨਵਰ ਨੇ, ਕਾਦਾਵਰ ਨੇ, ਪਹਿਲਨ ਨੇ, ਦੋਂਦੀਆਂ ਚੋਗੀਆਂ ਨੇ ਮਾਸ਼ਾਅੱਲਾ ਜੀ, 6 ਲੱਖ ਨੇ। ਠੀਕ ਹੈ, ਸਾਈਡ ਤੇ ਹੋ ਜ਼ਰਾ, ਮਾਲ ਜਿਹੜਾ ਵੇਖਣਾ ਚੀਜ਼ਾਂ। ਜ਼ਿੰਦਾਬਾਦ। ਫੀ ਜਾਨਵਰ ਦਾ ਰੇਟ ਤਿੰਨਾਂ ਦਾ 3,45,000 ਪੈਕੇਜ, ਵੱਡਾ ਹੀ ਪੈਕੇਜ ਤੇ 2024 ਦਾ ਵੱਡਾ ਹੀ ਰਿਕਾਰਡ ਹਾਜੀ ਅਬਾਸ ਦਾ ਆ ਗਿਆ ਜੀ ਤੇ ਛਾ ਗਿਆ ਜੀ। 20,000 ਵਾਲਾ ਪੈਕੇਜ ਇੱਥੇ ਬਹਾਈਓ। ਹਾਂ ਫਿਰ ਉੱਧਰ ਜ਼ਰਾ ਚੱਲੀਏ ਕੰਮ, ਖਾਂਗੜ ਤੇ ਚੈੱਕ ਕਰਵਾ ਲਈਏ, ਖਾਂਗੜ ਬਹਾਨੇ ਆ। 20,000 ਵਾਲਾ ਇਹਨੂੰ ਬਜੇ ਫਿਰ ਚੈੱਕ ਕਰਵਾ ਲਓ, ਇਹਦੇ ਚੈੱਕ ਕਰਾ ਫੜੋ। ਠੀਕ ਚਲੋ, ਫਰੈਸ਼ ਬੱਚਾ ਹੈ ਮਾਸ਼ਾਅੱਲਾ ਜੀ, ਬੱਚਾ ਖੀਰਾ ਬੱਚਾ ਵੇ। ਠੀਕ ਹੈ, ਰਹਿਣ ਦੋ, ਰਹਿਣ ਦੇ, ਤੋਰਦਾ ਜਲ ਗਾਇਆ ਟੋਰ ਕੇ ਚੈੱਕ ਕਰਵਾ ਲਓ ਦੋਸਤਾਂ ਇਹਨਾਂ ਕਹਿਣ ਘਰੇ ਲੱਤਾਂ ਨੂੰ ਗਿਲਤੀ ਮਰੋੜੀ ਹੋਏ ਲੰਗਾ ਦੂਲਾ ਰਾ ਸਾਹਿਬ ਸਾਡਾ। ਠੀਕ ਹੈ, ਲਿਆਓ ਬਾਈ ਪਰਦਾ ਕੇ ਲਿਆਓ ਜੀ, ਕਿੰਨੀ ਕੀਮਤ ਦੀ ਰਾ ਸਾਹਿਬ? ਮੇਰਾ 20,000 ਕੰਮ ਸੋ ਕੰਮ ਕੀਮਤ ਤੁਹਾਨੂੰ ਦੱਸੀ ਹੈ ਤੇ 20,000 ਨੇ ਦੇਣਾ ਰਾ ਸਾਹਿਬ, ਮਾ ਦੇ ਕੋਪੜਾ ਬੈਸ ਨਾ ਕਰੇ। ਠੀਕ ਹੈ, ਖੀਰਾ ਮਾਸ਼ਾਅੱਲਾ ਜੀ, ਇਹਨਾਂ ਤੇ ਕਰੇ। ਲਿਆਓ ਜੀ ਅਗੇ ਨੰਬਰ 4 ਵਾਲੀ ਖਾਂਗੜ ਗਾਂ, ਲਿਆਓ ਜੀ, ਲਿਆਓ ਬਾਈ ਜਾਨਾ ਤੇ ਲੰਮੀ ਟੋਰੋ ਜੀ, ਅੱਜ ਪੈਕੇਜ ਲੱਗ ਗਏ ਨੇ, ਹਾਜੀ ਸੌ ਗਿਆ ਤਾਂ ਵੱਟਾ ਪਾਉਂ ਗਿਆ। ਲੈ ਚਲੋ ਬਾਈ ਜਾਨ ਜੀ, ਆਈ ਸਾਹਿਬ ਕੀ ਤਫਸੀਲ ਹੈ ਜੀ? ਰਾ ਸਾਹਿਬ ਨਸਲ ਬੜੀ ਹੈ, ਕਾਲੇ ਥਣ ਲੱਗੇ ਨੇ, ਕ੍ਰਾਸ ਹੋਈ ਹੈ ਕਿ ਨਹੀਂ ਹੋਈ? ਸਾਹਿਬ ਉਹਨਾਂ ਕਿਹਾ ਹੀ ਹੋਈ ਹੈ, ਸਾਡੇ ਨੂੰ ਨਹੀਂ ਪਤਾ, ਜਿਹੜੀ ਗੱਲ ਦਾ ਨਹੀਂ ਪਤਾ ਹੁੰਦਾ। ਠੀਕ ਹੈ, ਲਿਆਓ ਬਾਈ ਜਾਨ, ਤੇ ਨਸਲ ਕੀ ਆਈ ਸਾਹਿਬ ਜੀ? ਰਾ ਸਾਹਿਬ ਫਰੀਜੀਅਨ ਤੇ ਚੋਲਾ, ਫਰੀਜੀਅਨ ਜਰਸੀ ਤੇ ਚੋਲਾਸਤਾਨੀ, ਜਰਸੀ ਫਰੀਜੀਅਨ ਤੇ ਚੋਲਾਸਤਾਨੀ। ਕੀ ਰੇਟ ਆਈ ਸਾਹਿਬ ਦਾ ਜੀ? ਨੰਬਰ 4 ਦਾ ਬੋਲਾ ਵੀ ਰੇਟ ਦੇਣਾ, ਮੱਝ ਵੀ ਨਾਲ ਦੱਸੋ ਪੈਕੇਜ ਦੇ ਰਾਈ ਦੇ। ਗਾਂ ਤੇ ਮੱਝ ਦਾ ਇਕੱਠਾ ਲੈਣਾ? ਗਾਂ ਤੇ ਮੱਝ ਦਾ ਇਕੱਠਾ ਰੇਟ ਇੱਕੋ ਹੀ ਰਕਮ ਆ ਦੇ ਵੜੋ, ਗੰਨਾ ਆਪਣੀ ਮਰਜ਼ੀ ਦਾ ਪੰਨੋ। ਠੀਕ ਹੈ, ਜ਼ਿੰਦਾਬਾਦ। ਲਿਆਓ ਭਾਈ ਮੱਝ ਵੀ ਖਾਂਗੇ, ਖਾਂਗੜ ਗਾਂ ਤੇ ਖਾਂਗੜ ਮੱਝ ਚੈੱਕ ਕਰਵਾ ਲਈਏ, ਅੱਗੇ ਆ ਗਈ ਖਾਂਗੜ ਛੋਟੀ ਮੱਝ, ਮਾਰ ਕੇ ਵੀਡੀਓ ਛੋਟੀ ਕਰੋ, ਆ ਖੋਲੋ। 12-13 ਮਿੰਟ ਹੋ ਗਏ ਨੇ, ਲਿਆਓ ਜੀ 15 ਮਿੰਟਾਂ ਦੀ ਕਲੋਜ਼ ਕਰੀ ਰੱਖ ਪਿੱਛੋਂ ਦਾ ਰੱਬ। ਮਾਸ਼ਾਅੱਲਾ ਜੀ, ਛੋਟੀ ਜੀ ਕਾਲੀਆਂ ਅੱਖਾਂ ਨੇ, ਦੋਆਂ ਅੱਖਾਂ ਦੀ ਰੰਗਤ ਵੀ ਸੇਮ ਹੈ, ਖਾਂਗੜ ਹੈ, ਬਰੀਕੀ ਦੋਸਤਾਂ ਵੇਖਣੀ, ਨੁਹਾਤੀਆਂ ਨੇ ਨਾ ਤੇਲ ਮਾਰਿਆ, ਜੋ ਹੈ ਹੀਰੇ ਨੇ, ਚੁਨੀਆਂ ਪਰਾਂਦਿਆਂ ਤੋਂ ਬਗੈਰ ਹੀ ਹੀਰੇ ਨੇ। ਠੀਕ ਹੈ, ਗੱਲਾਂ ਤੋਂ ਬਗੈਰ ਹੀ ਹੀਰੇ ਨੇ, ਅੱਲਾ ਦੇ ਹੁਕਮ ਨਾਲ। ਸੁਭਾ ਕਿਨਵਾਈ ਸਾਹਿਬ ਦਾ ਰਾਜ ਸਾਹਿਬ ਪਹਿਲਾਂ ਛੋਟੀ ਸੂਹੀ ਹੈ। ਠੀਕ ਹੈ, ਤੇ ਪਿਓਰ ਚੀਜ਼ਾਂ ਵਾ ਤਾਂ ਨਹੀਂ, ਛੋਟੀ ਹੋ ਜੀ ਬਸ, ਹੋਏ ਦੀ ਲਿੱਛੀ ਚੀਚਾ ਵਤਨ ਦੀ ਝੋਟੀ ਹੈ, ਦੁੱਧ 5 ਕਿਲੋ ਵੇ, ਕਾਲੀਆਂ ਅੱਖਾਂ ਨੇ, ਬਤਰੰਗੀ ਵੀ ਨਾ ਜਿਹੜਾ ਬਰੀਕ ਹੋਏ ਦੀ, ਫਰਾਜ਼ ਸਾਹਿਬ ਬਰੀਕ ਲਿੱਛੀ ਨੀ ਰਹਿ ਗਈ, ਕ੍ਰਾਸ ਹੋਈ ਜੇ ਕਿਹੜੀ? ਫਰਾਜ਼ ਸਾਹਿਬ ਉਹ ਵੀ ਝੂਠ ਹੈ। ਅੱਛਾ, ਪਤਾ ਹੀ ਨਹੀਂ ਫਰਾਜ਼ ਸਾਹਿਬ ਇਸ ਗੱਲ ਜੀ, ਬਿਹਤਰ ਹੋ ਗਿਆ। ਲਾਓ ਜੀ ਸਾਹਿਬ ਰੇਟ ਜੀ, ਖਾਂਗੜ ਗਾਂ ਤੇ ਖਾਂਗੜ ਛੋਟੀ ਦਾ। ਫਰਾਜ਼ ਸਾਹਿਬ ਕਮਾਦੇ ਬੜੀਏ ਤੇ ਗੰਨਾ ਪਸੰਦ ਨਹੀਂ ਆਉਂਦਾ, ਪਸੰਦ ਆਪਣੀ ਫਰਾਜ਼ ਸਾਹਿਬ ਯੈਸ ਤੇ ਨੋ ਵਾਲੇ ਰੇਟ, 1,75,000 ਦੀ ਝੋਟੀ ਤੇ 1,75 ਦੀ ਗਾਂ, ਜਿਹੜੀ ਦਿਲ ਕਰੇ ਜਿਹਦਾ ਦਿਲ ਕਰੇ ਲੈ। 1,75,000 ਦੀ ਝੋਟੀ ਤੇ 1,75 ਦੀ ਗਾਂ ਪੈਕੇਜ।
ਠੀਕ ਹੈ ਜੀ, ਪੈਕੇਜ ਲਾਏ ਜ਼ਿੰਦਾਬਾਦ, ਲਿਆਓ ਜੀ ਅੱਗੇ ਭਾਈ ਬੱਚੀ, ਅੱਗੇ ਆ ਗਈ ਮਾਸ਼ਾਅੱਲਾ ਜੀ ਬੱਚੀ, ਪੂਰੀ ਗੋਲ ਮਟੋਲ ਚ ਸਾਮ ਦੋਸਤਾਂ ਵੇਖਣੀ ਹੈ, ਆਵੀ ਹੁਸੈਨ ਅਲੀ ਖੀਰੀ ਜਾਂ ਦੋਂਦੀ ਰਾਜ ਸਾਹਿਬ, ਖੀਰੀ ਕਰਾਸ ਹੁੰਦੇ ਕਾਬਲ, ਖੀਰੀ ਚ ਲੱਗੀ ਹੈ, ਠੀਕ ਹੈ, 1,25,000 ਦੀ, 1,25 20 ਦੀ ਲੱਗੀ ਅੱਜ ਪੈਕੇਜ, ਹੋਰ ਰਾਜ ਸਾਹਿਬ ਪੈਕੇਜ ਫ੍ਰੀ ਬਾਈ, ਖਿਲਾ ਰਿਹਾ ਚਿਹਰਾ ਸਾਹਮਣੇ ਕਰਿਓ, ਸਿੰਗੀਆਂ ਛੋਟੀਆਂ ਕਰਾਸ ਹੁੰਦੇ ਕਾਬਲ ਹੈ, ਖੀਰੀ ਹੈ, ਬਾਡੀ ਸਕੋਰ ਚੰਗਾ ਵੇ, ਇਹ ਮਾਸ਼ਾਅੱਲਾ ਜੀ ਲਾਮ ਦਾ ਲਾਮ ਦੋਸਤਾਂ ਚੱਕਰ ਨਹੀਂ ਬਾਈ, ਸਿੱਧੀ ਕਰ ਕਰਾਸ ਵੀ ਹੋ ਜਾਂਦਾ ਖੈਰ, ਨਸਲ ਕੀ ਜਾਈ ਸਾਹਿਬ ਦੀ ਰਾਜ ਸਾਹਿਬ, ਮੇਰੀ ਫਰੀਜ਼ੀਅਨ ਚੋਲਸਤਾਨੀ ਨਸਲ, ਫਰੀਜ਼ੀਅਨ ਤੇ ਚੋਲਸਤਾਨੀ, ਹਾਂਜੀ, ਸੋਹਣੇ ਚਿੱਟੇ ਥਾਨ ਲੱਗੇ ਨੇ ਮਾਸ਼ਾਅੱਲਾ, ਰਾਜ ਸਾਹਿਬ ਕੋ ਗਿਲਟੀ ਮਰੋੜੀ ਹੋ, ਪੰਜਵਾਂ ਮੌਕਾ ਹੈ ਸਾਡੀ ਵੈਰ, ਠੀਕ ਹੈ ਜੀ, ਹਾਂਜੀ, ਕੀ ਰੇਟ ਹੈ ਸਾਹਿਬ ਅੱਛੀ ਦਾ ਜੀ, ਰਾਜ ਸਾਹਿਬ ਦਾ ਰੇਟ ਤੁਸੀਂ ਲਾਓ, ਨਹੀਂ ਤੁਸੀਂ ਲਾਣਾ ਹੈ ਸਾਹਿਬ, ਤੁਸੀਂ ਅੱਗੇ ਖੜਾ ਕਰ, ਇਹਦਾ ਰੇਟ ਐ ਨਹੀਂ ਜਿਹੜਾ ਖਰੀਦਾ ਇੰਜ, ਉਸ ਮੱਬਾ ਨੂੰ 95,000 ਰੁਪਇਆ, ਸਿਰਫ 95, ਸਿਰਫ 90,000 ਰੁਪਇਆ ਫਰਾ ਸਾਹਿਬ, ਕੀ ਬਾਤ ਜ਼ਿੰਦਾਬਾਦ, ਸਿਰਫ 90,000, ਜਾਂਦੀ ਵਰਦੀਆਂ ਭਰ ਰਹੇ ਸਾਹਿਬ, ਬਾਹਰ ਜਾ ਰਹੇ ਨੇ ਸੋਦੀਆ, ਅੱਲਾ ਦੀ ਦਾਤ ਉੱਤੇ ਵੇ, ਇਸ ਚੈਨਲ ਲਈ ਇਸ ਵੀਡੀਓ ਦੇ ਸ਼ੌਕ ਵਾਸਤੇ 3 ਵਾਰੀ ਵੀਜ਼ਾ ਜਿਹੜਾ ਨਾ ਇੰਜ ਹੋ ਗਿਆ ਕਿ 12-14 ਸਾਲ ਰਹਿ ਗਿਆ, 3 ਵਾਰੀ ਵੀਜ਼ਾ ਇੰਜ ਹੋ ਗਿਆ, ਵੀਜ਼ਾ ਨਹੀਂ ਲਵਾਇਆ, ਤੁਹਾਨੂੰ ਅੱਗੇ ਦੱਸਿਆ ਕਿ ਬੜਿਆਂ ਨੂੰ ਬੜੇ ਹੀ ਟੈਨਸ਼ਨ ਨੇ ਅੱਜ ਬਾਹਰ ਦੀ, ਲੇਕਿਨ ਇਨਸ਼ਾਅੱਲਾ ਅੱਲਾ ਦੀ ਦਾਤ ਉੱਤੇ ਵੇ ਮੇਰੇ ਨਾਲ, ਜਿੰਦਾਬਾਦ ਇੱਥੇ ਮੈਦਾਨ 'ਚ ਹੀ ਹੈ ਜੀ, ਮੈਦਾਨ 'ਚ ਆ ਜੀ, ਇਹ ਨੀ ਨਸਣ ਵਾਲਾ ਨਾ ਨਵੇਂ ਚੈਨਲ ਤੇ, ਇਹ ਪੁਰਾਣੇ ਚੈਨਲ ਦੇ ਰੇਹ ਦਾ ਜਿੰਨਾ ਚਿਰ ਕੰਮ ਕਰੇਗਾ, ਤੇ ਪੁਰਾਣੇ ਚੈਨਲ ਦੇ ਰੇਹ ਦਾ ਜਿੰਨੇ ਅੱਜ ਬਾਅਦ ਦਾ ਇੱਕ ਮਿਆਰ ਤੇ ਇੱਕ ਨਾਮ ਬਣਾਇਆ, ਤੇ ਵੱਡੀ ਅੱਲਾ ਦੀ ਦਾਤ, ਬੇਸ਼ੱਕ ਇਸ ਚੈਨਲ ਨੇ ਇੱਕ ਮਿਆਰ ਤੇ ਇੱਕ ਨਾਮ ਬਣਾਇਆ, ਟੈਨਸ਼ਨ ਬੜਿਆਂ ਨੂੰ ਏ, ਨਵੇਂ ਚੈਨਲ ਤੇ ਨੀ ਅੱਜ ਬਾਅਦ ਜਾਂਦਾ, ਤੇ ਇੱਥੇ ਹੀ ਵੀਡੀਓ ਵੀ ਦਿੰਦਾ ਰੇਰਾ ਇਨਸ਼ਾਅੱਲਾ, ਬਸ਼ਰਤੇ ਜ਼ਿੰਦਗੀ ਇਨਸ਼ਾਅੱਲਾ, ਤੇ ਸਲਾਮਾਂ ਲਾਗਮ ਸਾਰੇ ਵੀਰਾਂ ਭਰਾਵਾਂ ਨੂੰ, ਇੱਕ ਵਾਰੀ ਕਮੈਂਟ ਕਰਕੇ ਆਪਣੀ ਰਾਏ ਦਾ ਹਾਲ ਜ਼ਰੂਰ ਦੱਸਣਾ ਜੀ, ਬਹੁਤ ਸ਼ੁਕਰੀਆ, ਆਈ ਲਵ ਯੂ ਭਰਾਵਾਂ ਨੂੰ, ਦਿਲ ਦੀਆਂ ਗਹਿਰਾਈਆਂ ਨਾਲ ਪਰਦੇਸੀਆਂ ਨੂੰ ਜ਼ਿੰਦਾਬਾਦ, ਚਸਕਰੋ ਆੜੀਆ ਹੀ ਸਾਹਿਬ ਆਈ ਤੇ ਯਾਦਗਾਰ ਵੀਡੀਓ ਬਣ ਕੇ, ਉਮੀਦ ਕਰਦੇ ਹਾਂ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੈ, ਇਜਾਜ਼ਤ ਚਾਹੁੰਦੇ ਹਾਂ, ਅੱਲਾ